ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਮਹਿੰਗਾਈ ਲੈ ਕੇ ਆ ਰਿਹਾ ਏ ਨਵਾਂ ਵਰਾ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਹੋ ਸਕਦਾ ਹੈ ਵਾਧਾ ਕੈਨੇਡਾ 'ਚ ਨਵੰਬਰ ਦੌਰਾਨ ਬੇਰੋਜ਼ਗਾਰੀ ਦਰ 6.8 ਫੀਸਦੀ ਤੇ ਪਹੁੰਚੀ ਕਰੋਨਾ ਦੇ ਦੌਰ ਨੂੰ ਛੱਡ ਕੇ 2017 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਆਰਕਟੈਕਚਰ ਰਾਜਦੂਤ ਨਿਯੁਕਤ ਕਰੇਗਾ ਕੈਨੇਡਾ ਆਰਕਟਿਕ ਚ ਦੋ ਨਵੇਂ ਕੌਂਸੂਲੇਟ ਵੀ ਖੋਲੇ ਜਾਣਗੇ ਨਿਊਜ਼ੀਲੈਂਡ ਦੇ ਪਹਾੜ ਤੇ ਲਾਪਤਾ ਪਰਬਤਾਰੋਹੀ ਮ੍ਰਿਤਕ ਮੰਨੇ ਗਏ ਇੱਕ ਕੈਨੇਡੀਅਨ ਤੇ ਦੋ ਅਮਰੀਕੀ ਪਰਬਤਾਰੋਹੀ ਦੀ ਨਹੀਂ ਮਿਲੀ লাশ ਨਵਾਂ ਬਰਾ ਕੈਨੇਡਾ ਵਾਲਿਆਂ ਲਈ ਨਵੀਆਂ ਚੁਣੌਤੀਆਂ ਲੈ ਕੇ ਆ ਰਿਹਾ ਹੈ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਚ 5% ਤੱਕ ਵਾਧਾ ਹੋਣ ਦੀ پیشن گوئی ਕੀਤੀ ਗਈ ਹੈ ਜਿਸ ਨਾਲ 4 ਜੀਆਂ ਵਾਲੇ ਇੱਕ ਪਰਿਵਾਰ ਨੂੰ ਗਰੋਸਰੀ ਤੇ 800 ਡਾਲਰ ਤੱਕ ਵੱਧ ਖਰਚੇ ਕਰਨੇ ਪੈਣਗੇ ਮਹਿੰਗਾਈ 'ਚ ਵਾਧਾ ਹੋਇਆ ਤਾਂ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ 'ਚ ਕਟੌਤੀ ਦੀ ਪ੍ਰਕਿਰਿਆ ਨੂੰ ਰੋਕਿਆ ਜਾ ਸਕਦਾ ਹੈ ਜਿਸ ਨਾਲ ਕਰਜ਼ੇ ਦੀਆਂ ਕਿਸ਼ਤਾਂ ਸਸਤੀਆਂ ਹੋਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ 4 ਕੈਨੇਡੀਅਨ ਯੂਨੀਵਰਸਿਟੀਆਂ ਦੇ ਸਾਂਝੇ ਯਤਨਾਂ ਨਾਲ ਤਿਆਰ ਰਿਪੋਰਟ ਕਹਿੰਦੀ ਹੈ ਕਿ 4 ਜੀਆਂ ਵਾਲੇ ਪਰਿਵਾਰ ਨੂੰ ਨਵੇਂ ਬਾਰੇ ਦੌਰਾਨ ਅੰਦਾਜ਼ਨ 16833 ڈالر ਖੁਰਾਕੀ ਵਸਤਾਂ ਤੇ ਖਰਚ ਕਰਨੇ ਹੋਣਗੇ ਡਲ ਹੌਜ਼ੀ ਯੂਨੀਵਰਸਿਟੀ ਯੂਨੀਵਰਸਿਟੀ ਆਫ ਗੁਐਲਫ ਯੂਨੀਵਰਸਿਟੀ ਆਫ ਸਸਕਾਚੂਨ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਰਿਪੋਰਟ ਮੁਤਾਬਕ ਕਈ ਅਣਕਿਆਸੀ ਘਟਨਾਕ੍ਰਮ ਮਹਿੰਗਾਈ ਵਧਣ ਦਾ ਕਾਰਨ ਬਣ ਸਕਦੇ ਨੇ ਰਿਪੋਰਟ ਦੇ ਮੁੱਖ ਲੇਖਕ ਸਿਲਵੈਨ ਚਾਲ ਬॉयਜ਼ ਨੇ ਦੱਸਿਆ ਕਿ ਕਲਾਈਮੇਟ ਚੇਂਜ ਹਰ ਵਾਰ ਵੱਖਰਾ ਅਸਰ ਪਾਉਂਦਾ ਹੈ ਪਰ ਰੂਸ ਵੱਲੋਂ ਕਣਕ ਦੇ ਐਕਸਪੋਰਟ ਚ ਸੰਭਾਵਿਤ ਕਮੀ ਵੀ ਕੀਮਤਾਂ ਵਧਣ ਦਾ ਵੱਡਾ ਕਾਰਨ ਬਣ ਸਕਦੀ ਹੈ ਇਸ ਦੇ ਨਾਲ ਅਮਰੀਕਨ ਡਾਲਰ ਦੇ ਮੁਕਾਬਲੇ ਕੈਨੇਡੀਅਨ ਕਰੰਸੀ ਦੀ ਘਟੀ ਕੀਮਤ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸਭ ਤੋਂ ਵੱਡਾ ਤੱਥ ਡੋਨਲਡ ਟਰੰਪ ਵੱਲੋਂ ਰਾਸ਼ਟਰਪਤੀ ਵਜੋਂ ਸੌ ਚੁੱਕਣਾ ਹੋਵੇਗਾ ਜੋ ਕੈਨੇਡੀਅਨ ਵਸਤਾਂ ਤੇ 25% ਦਾ ਟੈਕਸ ਲਾਉਣ ਦੀ ਧਮਕੀ ਦੇ ਚੁੱਕੇ ਨੇ ਉਨਾ ਅਗੇ ਕਿ ਯੂਕਰੇਨ ਜੰਗ ਮਗਰੋਂ ਪਹਿਲਾਂ ਹੀ ਕੌਮਾਂਤਰੀ ਮੰਡੀਆਂ 'ਚ ਕਣਕ ਦੀ ਆਮਦ ਘਟੀ ਹੈ ਅਤੇ ਇਸ ਵੇਲੇ ਦੁਨੀਆ ਦੇ ਲੋਕਾਂ ਨੂੰ ਮਿਲਣ ਵਾਲੇ ਖੁਰਾਕੀ ਤੱਤਾਂ 'ਚੋਂ 20 ਫੀਸਦੀ ਹਿੱਸਾ ਕਣਕ ਦਾ ਬਣਦਾ ਹੈ। ਕੈਨੇਡਾ ਦੀ ਕਮਜ਼ੋਰ ਹੁੰਦੀ ਜੌਬ ਮਾਰਕੀਟ 'ਚ ਨਵੰਬਰ ਦੌਰਾਨ ਹੋਰ ਵੀ ਵੱਧ ਲੋਕ ਕੰਮ ਦੀ ਤਲਾਸ਼ ਕਰਦੇ ਦਰਜ ਹੋਏ। ਅਤੇ ਮੁਲਕ ਦੀ ਬੇਰੋਜ਼ਗਾਰੀ ਦਰ 6.8 ਫੀਸਦੀ ਤੇ ਪਹੁੰਚ ਗਈ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਜੇ ਕੋਵਿਡ ਮਹਾਮਾਰੀ ਦੇ ਸਮੇਂ ਨੂੰ ਛੱਡ ਦਈਏ ਤਾਂ ਇਹ ਬੇਰੋਜ਼ਗਾਰੀ ਦਰ 2017 ਤੋਂ ਬਾਅਦ ਦੀ ਸਭ ਤੋਂ ਵਧੇਰੇ ਦਰ ਹੈ ਅਕਤੂਬਰ ਚ ਬੇਰੋਜ਼ਗਾਰੀ ਦਰ 6.5 ਫੀਸਦੀ ਸੀ ਇਸ ਦੌਰਾਨ ਅਰਥਚਾਰੇ ਚ 51000 ਨਵੀਆਂ ਨੌਕਰੀਆਂ ਪੈਦਾ ਹੋਈਆਂ ਤੇ ਇਹ ਜ਼ਿਆਦਾਤਰ ਨੌਕਰੀਆਂ ਫੁੱਲ ਟਾਈਮ ਕੰਮ ਚ ਸਨ ਲੈਬਰਲ ਫੋਰਸ ਹਿੱਸੇਦਾਰ ਸਨ ਜੋ ਕਿ ਕਾਮਕਾਜੀ ਉਮਰ ਅਤੇ ਕੰਮ ਕਰ ਰਹੇ ਲੋਕਾਂ ਦੇ ਅਨੁਪਾਤ ਨੂੰ ਦਰਸਾਉਂਦੀ ਹੈ ਵਿੱਚ ਪਿਛਲੇ ਮਹੀਨੇ 0.3 ਫੀਸਦੀ ਵਾਧਾ ਹੋਇਆ ਆਉਂਦੇ ਬੁੱਧਵਾਰ ਨੂੰ ਵਿਆਜ ਦਰ ਬਾਰੇ ਐਲਾਨ ਦੌਰਾਨ ਬੈਂਕ ਆਫ ਕੈਨੇਡਾ ਇਹਨਾਂ ਨਵੇਂ ਅੰਕੜਿਆਂ ਨੂੰ ਵੀ ਮੱਦੇਨਜ਼ਰ ਰੱਖੇਗਾ ਕੇਂਦਰੀ ਬੈਂਕ ਵੱਲੋਂ ਵਿਆਜ ਦਰ ਚ ਕਟੌਤੀ ਦੀ ਹੀ ਪੇਸ਼ੰਗੋਈ ਕੀਤੀ ਜਾ ਰਹੀ ਹੈ ਪਰ ਇਹ ਕਟੌਤੀ ਕਿੰਨੇ ਆਧਾਰ ਅੰਕਾਂ ਦੀ ਹੋਵੇਗੀ ਇਸ ਤੇ ਇੱਕ ਰਾਏ ਨਹੀਂ ਹੈ ਉੱਚੀਆਂ ਵਿਆਜ ਦਰਾਂ ਨੇ ਪਿਛਲੇ ਸਾਲ ਦੌਰਾਨ ਲੇਬਰ ਮਾਰਕੀਟ ਨੂੰ ਠੰਡਾ ਕਰ ਦਿੱਤਾ ਅੰਕੜਿਆਂ ਅਨੁਸਾਰ ਨਵੰਬਰ ਚ 46.3 ਫੀਸਦ ਬੇਰੋਜ਼ਗਾਰ ਕੈਨੇਡੀਅਨਸ ਨੇ ਪਿਛਲੇ ਸਾਲ ਕੰਮ ਨਹੀਂ ਕੀਤਾ ਜਾਂ ਕਦੇ ਕੰਮ ਨਹੀਂ ਕੀਤਾ ਸੀ ਤੇ 1 ਸਾਲ ਪਹਿਲਾਂ ਇਹ ਅੰਕੜਾ 39.5 ਫੀਸਦ ਸੀ। ਔਸਤ ਘੰਟਾਵਾਰ ਤਨਖਾਹ 1 ਸਾਲ ਪਹਿਲਾਂ ਨਾਲੋਂ 4.1 ਫੀਸਦ ਵਧ ਦਰਜ ਹੋਈ ਜੋ ਕਿ ਅਕਤੂਬਰ ਦੀ ਤੁਲਨਾ ਚ ਸਾਲਾਨਾ ਵਿਕਾਸ ਦਰ ਚ ਗਿਰਾਵਟ ਨੂੰ ਦਰਸਾਉਂਦੀ ਹੈ। ਕੈਨੇਡਾ ਅਲਾਸਕਾ ਅਤੇ ਗ੍ਰੀਨਲੈਂਡ ਚ ਕੌਂਸੂਲੇਟ ਖੋਲੇਗਾ, ਇੱਕ ਆਰਕਟਿਕ ਰਾਜਦੂਤ ਨਿਯੁਕਤ ਕਰੇਗਾ ਅਤੇ ਬਫੋਰਡ ਸਾਗਰ ਬਾਬਤ ਅਮਰੀਕਾ ਨਾਲ ਆਪਣੀ ਸੀਮਾ ਵਾਰਤਾ ਜਾਰੀ ਰੱਖੇਗਾ ਕੈਨੇਡਾ ਦੀ ਆਰਕਟਿਕ ਵਿਦੇਸ਼ ਨੀਤੀ ਬਾਰੇ ਜਾਰੀ ਕੀਤੇ ਗਏ ਨਵੇਂ ਫੈਡਰਲ ਦਸਤਾਵੇਜ਼ 'ਚ ਇਹ ਵਾਅਦੇ ਅਤੇ ਕੁਝ ਹੋਰ ਨੁਕਤੇ ਸ਼ਾਮਲ ਨੇ ਫੈਡਰਲ ਸਰਕਾਰ ਨੇ ਉੱਤਰੀ ਪ੍ਰੀਮੀਅਰਜ਼ ਅਤੇ ਮੂਲ ਨਿਵਾਸੀ ਸੰਸਥਾਵਾਂ ਦੇ ਨਾਲ ਓਟਵਾ 'ਚ ਇਸ ਨਵੀਂ ਨੀਤੀ ਦਾ ਐਲਾਨ ਕੀਤਾ ਇਹ 2019 'ਚ ਐਲਾਨੇ ਗਏ ਕੈਨੇਡਾ ਦੇ ਆਰਕਟਿਕ ਨੀਤੀ ਫਰੇਮਵਰਕ ਦੀ ਪਾਲਣਾ ਕਰਦਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਫੈਡਰਲ ਸਰਕਾਰ ਉੱਤਰੀ ਖਿੱਤੇ ਨਾਲ ਆਪਣੇ ਸਬੰਧਾਂ 'ਚ ਦਿਸ਼ਾ ਦੀ ਡੂੰਗੀ ਤਬਦੀਲੀ ਦੀ ਯੋਜਨਾ ਬਣਾ ਰਹੀ ਹੈ। ਨਵੀਂ ਨੀਤੀ ਗਲੋਬਲ ਅਫੇਅਰਜ਼ ਕੈਨੇਡਾ ਲਈ ਅਗਲੇ 5 ਸਾਲਾਂ ਲਈ ਫੰਡ ਪ੍ਰਦਾਨ ਕਰਦੀ ਹੈ। ਇੱਕ ਰਾਜਦੂਤ ਅਤੇ ਨਵੇਂ ਕੌਂਸੂਲੇਟ ਤੋਂ ਇਲਾਵਾ ਨਵੀਂ ਨੀਤੀ ਵਾਦਾ ਕਰਦੀ ਹੈ ਕਿ ਕੈਨੇਡਾ ਹੋਰ ਉੱਤਰੀ ਦੇਸ਼ਾਂ 'ਚ ਵਿਦੇਸ਼ੀ ਮਾਮਲਿਆਂ ਦੇ ਮੰਤਰੀਆਂ ਨਾਲ ਆਰਕਟਿਕ ਸੁਰੱਖਿਆ ਗੱਲਬਾਤ ਸ਼ੁਰੂ ਕਰੇਗਾ ਤੇ ਆਰਕਟਿਕ 'ਚ ਵਿਗਿਆਨ ਅਤੇ ਖੋਜ ਤਾਲਮੇਲ ਦਾ ਸਮਰਥਨ ਕਰੇਗਾ। ਨਵੀਂ ਨੀਤੀ ਬਫੋਰਡ ਸਾਗਰ ਨੂੰ ਲੈ ਕੇ ਅਮਰੀਕਾ ਨਾਲ ਸੀਮਾ ਵਾਰਤਾ ਅਤੇ ਕੈਨੇਡਾ ਅਤੇ ਡੈਨਮਾਰਕ ਦੇ ਵਿਚਕਾਰ ਹੈਂਸ ਟਾਪੂ ਤੇ ਇੱਕ ਸੀਮਾ ਸਮਝੌਤਾ ਪੂਰਾ ਕਰਨ ਦਾ ਵਾਅਦਾ ਕਰਦੀ ਹੈ 37 ਪੰਨਿਆਂ ਦਾ ਨੀਤੀ ਦਸਤਾਵੇਜ਼ ਆਰਕਟਿਕ 'ਚ ਰੂਸੀ ਕਾਰਵਾਈ ਦੀ ਚੇਤਾਵਨੀ ਵੀ ਦਿੰਦਾ ਹੈ ਜਿਸ ਵਿੱਚ ਉਸਦੇ ਆਰਕਟਿਕ ਬੁਨਿਆਦੀ ਢਾਂਚੇ ਅਤੇ ਫੌਜੀ ਸਮਰੱਥਾ ਦਾ ਆਧੁਨਿਕੀਕਰਨ ਸ਼ਾਮਲ ਹੈ ਇਹ ਦਸਤਾਵੇਜ਼ ਉਜਾਗਰ ਕਰਦਾ ਹੈ ਕਿ ਕਿੰਨੀ ਦੂਰ ਟੋਰਾਂਟੋ ਤੋਂ ਵਿਨੀਪੈਗ ਹੈ ਜਾਂ ਇਕਾਲੋਇਟ ਤੋਂ ਓਟਵਾਏ ਇਸ ਤੋਂ ਜ਼ਿਆਦਾ ਨੇੜੇ ਤਾਂ ਨੂਨਾਵੂਟ ਅਤੇ ਦੇ ਐਲਸਮੀਅਰ ਟਾਪੂ ਉੱਤੇ ਅਲਰਟ ਕੈਨੇਡੀਅਨ ਫੋਰਸਸ ਸਟੇਸ਼ਨ ਤੇ ਰੂਸੀ ਫੌਜ ਦੇ ਨਗੂਰ ਸਕੋਏਚ ਸਥਿਤ ਹਵਾਈ ਸੈਨਾ ਦੇ ਬੇਸ ਨੇ ਅਪ੍ਰੈਲ ਚ ਫੈਡਰਲ ਸਰਕਾਰ ਨੇ ਆਰਕਟਿਕ ਰੱਖਿਆ ਲਈ ਫੰਡ ਦਾ ਐਲਾਨ ਕੀਤਾ ਸੀ ਪਰ ਇਸ ਬਾਰੇ ਬਹੁਤੇ ਵੇਰਵੇ ਨਹੀਂ ਸਨ ਕਿ ਇਹ ਪੈਸਾ ਬੁਨਿਆਦੀ ਢਾਂਚੇ ਲਈ ਕਿਵੇਂ ਖਰਚਾ ਜਾਵੇਗਾ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਕਿਹਾ ਕਿ ਜਦੋਂ ਆਰਕਟਿਕ ਦੀ ਗੱਲ ਆਉਂਦੀ ਹੈ ਤਾਂ ਸੰਘਰਸ਼ ਨੂੰ ਰੋਕਣ ਚ ਮਦਦ ਕਰਨ ਵਾਲੇ ਨਿਯਮਾਂ ਦੀ ਪਾਲਣਾ ਹੋਣੀ ਔਖੀ ਹੁੰਦੀ ਜਾ ਰਹੀ ਹੈ ਉਨਾ ਕਹ ਕਿ ਰੂਸ ਦੀਆਂ ਸਪਸ਼ਟ ਸੀਮਾਵਾਂ ਨਹੀਂ ਹਨ ਅਤੇ ਆਰਕਟਿਕ ਹੁਣ ਇੱਕ ਸ਼ਾਂਤਮਈ ਖੇਤਾਂ ਨਹੀਂ ਬਚਿਆ ਜੋਲੀ ਨੇ ਕਿਹਾ ਕਿ ਨਵੀਂ ਨੀਤੀ ਦੇ ਚਾਰ ਥੰਮ੍ਹ ਨੇ ਕੈਨੇਡਾ ਦੀ ਪ੍ਰਭੂਸੱਤਾ ਤੇ ਜ਼ੋਰ ਦੇਣਾ ਵਿਵਹਾਰਕ ਕੂਟਨੀਤੀ ਰਾਹੀਂ ਕੈਨੇਡਾ ਦੇ ਹਿੱਤਾਂ ਨੂੰ ਅੱਗੇ ਵਧਾਉਣਾ ਆਰਕਟਿਕ ਸ਼ਾਸਨ ਅਤੇ ਬਹੁਪੱਖੀ ਚੁਣੌਤੀਆਂ ਤੇ ਅਗਵਾਈ ਕਰਨਾ ਅਤੇ ਆਰਕਟਿਕ ਕੂਟਨੀਤੀ ਲਈ ਵਧੇਰੇ ਸਮਾਵੇਸ਼ੀ ਪਹੁੰਚ ਅਪਣਾਉਣਾ ਜੋਲੀ ਨੇ ਵੀ ਕਿਹਾ ਕਿ ਨੀਤੀ ਵਿੱਚ ਐਲਾਨ ਕੀਤਾ ਗਿਆ ਨਵਾਂ ਆਰਕਟਿਕ ਰਾਜਦੂਤ ਇੱਕ ਮੂਲ ਨਿਵਾਸੀ ਵਿਅਕਤੀ ਹੋਵੇਗਾ ਨਿਊਜ਼ੀਲੈਂਡ ਦੀ ਸਭ ਤੋਂ ਉੱਚੀ ਚੋਟੀ ਦੀ ਚੜ੍ਹਾਈ ਦੌਰਾਨ ਲਾਪਤਾ ਹੋਏ ਇੱਕ ਕੈਨੇਡੀਅਨ ਅਤੇ ਦੋ ਅਮਰੀਕੀ ਪਰਬਤਾਰੋਹੀਆਂ ਨੂੰ ਮ੍ਰਿਤਕ ਮੰਨਿਆ ਗਿਆ ਹੈ। ਸਥਾਨਕ ਅਥਾਰਟੀਆਂ ਨੇ ਕਿਹਾ ਕਿ ਇਹ ਪਰਬਤਾਰੋਹੀ ਉਚਾਈ ਤੋਂ ਡਿੱਗ ਕੇ ਮਰੇ ਗਏ ਮੰਨੇ ਜਾ ਰਹੇ ਨੇ। ਇਨ੍ਹਾਂ ਵਿਅਕਤੀਆਂ ਦੀਆਂ ਦੇਹਾਂ ਨਹੀਂ ਮਿਲੀਆਂ। ਔਰ ਆਕੀ ਏਰੀਆ ਕਮਾਂਡਰ ਇੰਸਪੈਕਟਰ ਵਿੱਕੀ ਵਾਕਰ ਅਨਸਾਰ ਹਵਾਈ ਸਰਵੇਖਣ ਦੌਰਾਨ ਬਰਫ਼ ਤੇ ਪਾਏ ਗਏ ਪੈਰਾਂ ਦੇ ਨਿਸ਼ਾਨ ਅਤੇ ਪਹਾੜ ਦੀ ਚੜ੍ਹਾਈ ਤੋਂ ਮਿਲੇ ਉਪਕਰਣ ਅਤੇ ਸਮਾਨ ਜੋ ਕਿ ਨਾ ਤਿੰਨਾ ਪਰਬਤਾਰੋਹੀਆਂ ਦੇ ਮੰਨੇ ਜਾ ਰਹੇ ਨੇ ਤੋਂ ਬਾਅਦ ਇਹਨਾਂ ਵਿਅਕਤੀਆਂ ਦੀਆਂ ਤਲਾਸ਼ਾਂ ਨੂੰ ਸਮਾਪਤ ਕਰ ਦਿੱਤਾ ਗਿਆ ਅਮਰੀਕੀ ਮਾਊਂਟੇਨ ਗਾਈਡ ਐਸੋਸੀਏਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਕਰਟ ਬਲੇਅਰ ਅਤੇ 카ਰਲੋਸ ਰੋਮੇਰੋ ਦੋਵੇਂ ਪ੍ਰਮਾਣਿਤ ਐਲਪਲਾਈਨ ਗਾਈਡਸ ਹਨ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਉਸ ਦੇ ਪਰਿਵਾਰ ਦੀ ਬੇਨਤੀ ਤੇ ਕੈਨੇਡੀਅਨ ਪਰਬਤਾਰੋਹੀ ਦਾ ਨਾਮ ਨਹੀਂ ਦੱਸਿਆ ਤਿੰਨੇ ਵਿਅਕਤੀ ਸ਼ਨੀਵਾਰ ਸਵੇਰੇ ਔਰਾਕੀ ਜਾਣ ਲਈ ਪਲੇਟੂ ਹੱਟੂ ਵਿਖੇ ਪਹੁੰਚੇ ਸਨ ਸੋਮਵਾਰ ਨੂੰ ਉਹਨਾਂ ਨੇ ਉਸੇ ਥਾਂ ਤੇ ਦੁਬਾਰਾ ਮਿਲਣਾ ਸੀ ਪਰ ਉਹ ਉੱਥੇ ਨਹੀਂ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਨੂੰ ਲਾਪਤਾ ਰਿਪੋਰਟ ਕੀਤਾ ਗਿਆ ਪੁਲਿਸ ਅਨੁਸਾਰ ਖੋਜ ਕਰਤਾਮਾਂ ਨੂੰ ਵਿੱਚ ਚੜਾਈ ਨਾਲ ਸੰਬੰਧਿਤ ਕਈ ਉਪਕਰਣ ਮਿਲੇ ਜੋ ਕਿ ਇਹਨਾਂ ਪਰਬਤਾਰੋਹੀਆਂ ਦੇ ਮੰਨੇ ਜਾ ਰਹੇ ਨੇ ਪਰ ਇਹਨਾਂ ਵਿਅਕਤੀਆਂ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਖਰਾਬ ਮੌਸਮ ਕਾਰਨ 3 ਦਿਨ ਤੱਕ ਖੋਜ ਕਾਰਜ ਰੁਕਿਆ ਰਿਹਾ ਸ਼ੁੱਕਰਵਾਰ ਨੂੰ ਡਰੋਨ ਆਪਰੇਟਰਾਂ ਨੇ ਬਰਫ਼ 'ਚ ਪੈਰਾਂ ਦੇ ਨਿਸ਼ਾਨ ਅਤੇ ਹੋਰ ਚੀਜ਼ਾਂ ਵੇਖੀਆਂ ਜੋ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹਨਾਂ ਪਰਬਤਾਰੋਹੀਆਂ ਨਾਲ ਸੰਬੰਧਿਤ ਨੇ ਵਾਕਰ ਨੇ ਅੱਗੇ ਕਿਹਾ ਕਿ ਜੇ ਹੋਰ ਸਬੂਤ ਸਾਹਮਣੇ ਆਉਂਦੇ ਨੇ ਤਾਂ ਖੋਜ ਦੁਬਾਰਾ ਸ਼ੁਰੂ ਕੀਤੀ ਜਾਵੇਗੀ ਔਰ ਆਕੀ ਚੋਟੀ 3724 ਮੀਟਰ ਉੱਚੀ ਅਤੇ ਦੱਖਣੀ ਐਲਪਸ ਦਾ ਹਿੱਸਾ ਹੈ ਦੱਖਣੀ ਐਲਪਸ ਸੁੰਦਰ ਅਤੇ ਬਰਫ਼ੀਲੀ ਪਹਾੜੀ ਲੜੀ ਹੈ ਜੋ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੀ ਲੰਬਾਈ ਤੱਕ ਫੈਲੀ ਹੈ ਇਹ ਚੋਟੀ ਤਜਰਬੇਕਾਰ ਪਰਬਤਾਰੋਹੀਆਂ ਚ ਪ੍ਰਸਿੱਧ ਹੈ ਦਰਾਰਾਂ ਬਰਫਬਾਰੀ ਦੇ ਖਤਰੇ ਬਦਲਦੇ ਮੌਸਮ ਅਤੇ ਗਲੇਸ਼ੀਅਰ ਦੀ ਗਤੀ ਦੇ ਕਾਰਨ ਇਸ ਦਾ ਧਰਾਤਲ ਕਠਿਨ ਹੈ 20ਵੀਂ ਸਦੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਰਬਤ ਅਤੇ ਨਾਲ ਲੱਗਦੇ ਨੈਸ਼ਨਲ ਪਾਰਕ ਚ 240 ਮੌਤਾਂ ਦਰਜ ਹੋ ਚੁੱਕੀਆਂ ਨੇ ਸਰੀ ਦੇ 46 ਸਾਲਾ ਅਵਤਾਰ ਸਿੰਘ ਦੀ ਪਹਾੜ ਚ ਜੁਟੀ ਡੈਲਟਾ ਪੁਲਿਸ ਵੱਲੋਂ ਲੋਕਾਂ ਦੀ ਮਦਦ ਮੰਗੀ ਗਈ ਹੈ 4 ਦਸੰਬਰ ਨੂੰ ਸ਼ਾਮ ਤਕਰੀਬਨ ਸਵਾ 6 ਵਜੇ ਇੱਕ ਗੱਡੀ ਲਾਵਾਰਸ ਹਾਲਤ ਚ ਐਲੈਕਸ ਫਰੀਜ਼ਰ ਬ੍ਰਿਜ ਤੋਂ ਮਿਲੀ ਜੋ ਸੰਭਾਵਿਤ ਤੌਰ ਤੇ ਅਵਤਾਰ ਦੀ ਦੱਸੀ ਜਾ ਰਹੀ ਹੈ ਪੁਲਿਸ ਨੇ ਅਵਤਾਰ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 5 ਫੁੱਟ 11 ਇੰਚ ਤੇ ਵਜ਼ਨ ਤਕਰੀਬਨ 104 ਕਿਲੋ ਹੈ ਬਾਜ ਛੋਟੇ ਤੇ ਕਾਲੇ ਜਦ ਕੇ ਦਾੜੀ ਵੀ ਛੋਟੀ ਅਤੇ ਕਾਲੀ ਹੈ ਆਖਰੀ ਵਾਰ ਦੇਖੇ ਜਾਣ ਵਾਲੇ ਉਸ ਨੇ ਕਾਲੇ ਰੰਗ ਦੀ ਵਿੰਟਰ ਜੈਕਟ ਤੇ ਪਜਾਮਾ ਪੈਂਟ ਪਾਈ ਹੋਈ ਸੀ ਅਵਤਾਰ ਦੇ ਸੱਜੇ ਹੱਥ ਤੇ ਟੈਟੂ ਬਣਿਆ ਹੋਇਆ ਹੈ ਐਲੈਕਸ ਫਰੀਜ਼ਰ ਬ੍ਰਿਜ ਤੇ ਮਿਲੀ ਕਾਰ ਵਿੱਚੋਂ ਕਿਸੇ ਨੂੰ ਬਾਹਰ ਆਉਂਦਿਆਂ ਲੋਕਾਂ ਨੇ ਨਹੀਂ ਦੇਖਿਆ ਕਿਉਂਕਿ ਉਸ ਵੇਲੇ ਤੁੰ ਦਾ ਫੈਲੀ ਹੋਈ ਸੀ ਅਵਤਾਰ ਦੀ ਗੱਡੀ ਗ੍ਰੇ ਕਲਰ ਦੀ 2023 ਮਾਡਲ ਫੋਕਸ ਵੈਗਨ ਟਾਊਸ ਦੱਸੀ ਜਾ ਰਹੀ ਹੈ ਡੈਲਟਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਅਵਤਾਰ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 6049464411 ਤੇ ਸੰਪਰਕ ਕਰੇ ਸਰੀ ਦੇ 46 ਸਾਲਾ ਅਵਤਾਰ ਸਿੰਘ ਦੀ ਪਾਰਚ ਜੁਟੀ ਡੈਲਟਾ ਪੁਲਿਸ ਵੱਲੋਂ ਲੋਕਾਂ ਦੀ ਮਦਦ ਮੰਗੀ ਗਈ ਹੈ 4 ਦਸੰਬਰ ਨੂੰ ਸ਼ਾਮ ਤਕਰੀਬਨ ਸਵਾ 6 ਵਜੇ ਇੱਕ ਗੱਡੀ ਲਵਾਰਸ ਹਾਲਤ ਚ ਐਲੈਕਸ ਫਰੀਜ਼ਰ ਬ੍ਰਿਜ ਤੋਂ ਮਿਲੀ ਜੋ ਸੰਭਾਵਿਤ ਤੌਰ ਤੇ ਅਵਤਾਰ ਦੀ ਦੱਸੀ ਜਾ ਰਹੀ ਹੈ ਪੁਲਿਸ ਨੇ ਅਵਤਾਰ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 5 ਫੁੱਟ 11 ਇੰਚ ਤੇ ਵਜ਼ਨ ਤਕਰੀਬਨ 104 ਕਿਲੋ ਹੈ ਬਾਹਰ ਛੋਟੇ ਤੇ ਕਾਲੇ ਜਦ ਕੇ ਦਾੜੀ ਵੀ ਛੋਟੀ ਅਤੇ ਕਾਲੀ ਹੈ ਆਖਰੀ ਵਾਰ ਦੇਖੇ ਜਾਣ ਵਾਲੇ ਉਸ ਨੇ ਕਾਲੇ ਰੰਗ ਦੀ ਵਿੰਟਰ ਜੈਕਟ ਤੇ ਪਜਾਮਾ ਪੈਂਟ ਪਾਈ ਹੋਈ ਸੀ ਅਵਤਾਰ ਦੇ ਸੱਜੇ ਹੱਥ ਤੇ ਟੈਟੂ ਬਣਿਆ ਹੋਇਆ ਹੈ ਐਲੈਕਸ ਫਰੀਜ਼ਰ ਬ੍ਰਿਜ ਤੇ ਮਿਲੀ ਕਾਰ ਵਿੱਚੋਂ ਕਿਸੇ ਨੂੰ ਬਾਹਰ ਆਉਂਦਿਆਂ ਲੋਕਾਂ ਨੇ ਨਹੀਂ ਦੇਖਿਆ ਕਿਉਂਕਿ ਉਸ ਵੇਲੇ ਤੋਂ ਦਾ ਫੈਲੀ ਹੋਈ ਸੀ ਅਵਤਾਰ ਦੀ ਗੱਡੀ ਗ੍ਰੇ ਕਲਰ ਦੀ 2023 ਮਾਡਲ ਫੋਕਸ ਵੈਗਨ ਟਾਊਸ ਦੱਸੀ ਜਾ ਰਹੀ ਹੈ ਡੈਲਟਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਅਵਤਾਰ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 6049464411 ਤੇ ਸੰਪਰਕ ਕਰੇ ਬੀਸੀ ਦੇ ਐਪਸਫੋਰ ਵਿਖੇ ਭਾਰਤੀ ਪਰਿਵਾਰ ਦੇ ਘਰ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ 'ਚ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਮਲਾਵਰਾਂ ਨੇ ਘਰ ਦੇ ਬਾਹਰ ਖੜੀ ਗੱਡੀ ਗੋਲੀਆਂ ਨਾਲ ਵਿੰਨ ਦਿੱਤੀ ਪਰ ਖੁਸ਼ਕਿਸਮਤੀ ਨਾਲ ਘਰ ਅੰਦਰ ਮੌਜੂਦ ਕੋਈ ਜੀ ਜ਼ਖਮੀ ਨਹੀਂ ਹੋਇਆ ਸਰਜੈਂਟ ਪਾਲ ਵਾਕਰ ਨੇ ਦੱਸਿਆ ਕਿ ਪੁਲਿਸ ਨੂੰ ਹੋਲੀ ਸਟਰੀਟ ਦੇ 2100 ਬਲਾਕ ਵਿੱਚ ਸੱਦਿਆ ਗਿਆ ਸੀ ਤੇ ਮੌਕੇ ਤੇ ਪੁੱਜੇ ਅਫਸਰਾਂ ਨੂੰ ਘਰ ਦੀਆਂ ਕੰਧਾਂ ਤੇ ਵੀ ਗੋਲੀਆਂ ਲੱਗਣ ਦੇ ਕਈ ਨਿਸ਼ਾਨ ਮਿਲੇ ਗੋਲੀਬਾਰੀ ਦੀ ਵਾਰਦਾਤ ਅਜਿਹੇ ਸਮੇਂ ਵਾਪਰੀ ਜਦੋਂ ਇਲਾਕੇ ਦੇ ਐਲੀਮੈਂਟਰੀ ਸਕੂਲਾਂ ਚ ਬੱਚੇ ਜਾ ਰਹੇ ਹੁੰਦੇ ਆ ਪੌਲ ਵਾਕਰ ਨੇ ਕਿਹਾ ਕਿ ਅਜਿਹੇ ਖਤਰਨਾਕ ਹਾਲਾਤ ਬਰਦਾਸ਼ਤ ਨਹੀਂ ਕੀਤੇ ਜਾਣਗੇ ਉਧਰ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਲਾਲ ਰੰਗ ਦੀ ਗੱਡੀ 'ਚ ਸਵਾਰ ਸ਼ੱਕੀਆਂ ਨੂੰ ਫਰਾਰ ਹੁੰਦਿਆਂ ਦੇਖਿਆ ਇਸ ਤੋਂ ਕੁਝ ਦੇਰ ਬਾਅਦ ਇੱਕ ਲਾਲ ਰੰਗ ਦੀ ਗੱਡੀ ਹਾਈਵੇ 1 ਤੇ ਚੜ੍ਹਦੀ ਹੋਈ ਮਿਲੀ ਅਤੇ ਦੋ ਸ਼ੱਕੀਆਂ ਨੂੰ ਨੇੜੇ ਹੀ ਖੇਤਾਂ 'ਚੋਂ ਕਾਬੂ ਕਰ ਲਿਆ ਗਿਆ ਫਿਲਹਾਲ ਤੀਜਾ ਸ਼ੱਕੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸ ਨੂੰ ਹਾਈਵੇ 1 ਤੇ ਬ੍ਰੈਡਨਰ ਰੋਡ ਇਲਾਕੇ 'ਚ ਦੇਖਿਆ ਗਿਆ ਪੁਲਿਸ ਇਸ ਵਾਰਦਾਤ ਨੂੰ ਟਾਰਗੇਟਡ ਸ਼ੂਟਿੰਗ ਮੰਨ ਰਹੀ ਹੈ ਐਪਸਫੋਰਡ ਦੇ ਮੇਅਰ ਰੌਸ ਸੀਮੰਸ ਨੇ ਕਿਹਾ ਹੈ ਕਿ ਸਵੇਰੇ ਸਵੇਰੇ ਗੋਲੀਬਾਰੀ ਦੀ ਵਾਰਦਾਤ ਡੂੰਘੀਆਂ ਚਿੰਤਾਵਾਂ ਪੈਦਾ ਕਰਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ 'ਚ ਬ੍ਰੈਂਟਨ ਵਿਖੇ ਇੱਕ ਘਰ ਦੇ ਬਾਹਰ ਹੋਈ ਗੋਲੀਬਾਰੀ ਦੌਰਾਨ ਇੱਕ ਜਣਾ ਮਾਰਿਆ ਗਿਆ ਜਦਕਿ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਤਰਨਤਾਰਨ ਦੇ ਪਿੰਡ ਆਨੰਦਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸામਨੇ ਆਈ ਹੈ ਜਦ ਕਿ ਇਸ ਵਾਰਦਾਤ ਚ ਮ੍ਰਿਤਕ ਦਾ ਵੱਡਾ ਭਰਾ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਚ ਇਲਾਜ ਲਈ ਦਾਖਲ ਕਰਵਾਇਆ ਗਿਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਿਤਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਆਨੰਦਪੁਰ ਜ਼ਿਲ੍ਹਾ ਤਰਨਤਾਰਨ ਕਰੀਬ 6 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਚ ਆਪਣੇ ਵੱਡੇ ਭਰਾ ਖੁਸ਼ਵੰਤ ਸਿੰਘ ਕੋਲ ਪੁਜਾ ਸੀ ਬੀਤੇ ਕੱਲ ਜਦੋਂ ਪ੍ਰਿਤਪਾਲ ਸਿੰਘ ਅਤੇ ਉਸ ਦਾ ਵੱਡਾ ਭਰਾ ਖੁਸ਼ਵੰਤ ਸਿੰਘ ਆਪਣੇ ਕਿਰਾਏ ਵਾਲੇ ਮਕਾਨ ਦੇ ਬਾਹਰ ਖੜੀ ਕਾਰ ਉੱਪਰ ਡਿੱਗੀ ਬਰਫ਼ ਨੂੰ ਸਾਫ਼ ਕਰ ਰਹੇ ਸਨ ਤਾਂ ਕੁਝ ਹਮਲਾਵਰ ਅਚਾਨਕ ਆਏ ਜਿਨ੍ਹਾਂ ਵੱਲੋਂ ਸਿੱਧੀਆਂ ਗੋਲੀਆਂ ਦੋਵਾਂ ਭਰਾਵਾਂ ਤੇ ਚਲਾ ਦਿੱਤੀਆਂ ਗਈਆਂ ਇਸ ਫਾਇਰਿੰਗ ਚ ਪ੍ਰਿਤਪਾਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਉਸ ਦਾ ਭਰਾ ਖੁਸ਼ਵੰਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਬ੍ਰੈਂਟਨ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਤਫਤੀਸ਼ਕਾਰ ਇੱਕ ਚਿੱਟ ਰੰਗ ਦੀ ਚਾਰ ਡੋਰ ਸੈਡਾਨ ਕਾਰ ਦੀ ਭਾਲ ਕਰ ਰਹੀ ਹੈ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ ਉਧਰ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਕੈਨੇਡਾ ਦੀ ਰਾਜਧਾਨੀ ਓਟਵਾ 'ਚ ਇੱਕ ਡਰਾਈਵਰ ਨੂੰ ਗੱਡੀ ਚਲਾਉਂਦੇ ਸਮੇਂ ਅਸ਼ਲੀਲ ਫਿਲਮ ਵੇਖਦੇ ਹੋਏ ਫੜੇ ਜਾਣਤੇ 615 ਕੈਨੇਡੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਧਿਆਨ ਭਟਕਾਉਣ ਲਈ ਉਸ ਦੇ ਲਾਇਸੈਂਸ ਤੇ 3 ਡੀਮੈਰਿਟ ਪੁਆਇੰਟ ਲਗਾਏ ਗਏ ਨੇ। অন্ਟਾਰੀਓ ਸੂਬਾਈ ਪੁਲਿਸ ਮੁਤਾਬਕ ਡਰਾਈਵਰ ਨੂੰ ਆਟਵਾਚ ਹਾਈਵੇ 417 ਤੇ ਰੋਕਿਆ ਗਿਆ ਸੀ ਜਿਸ ਨੂੰ ਇੱਕ ਅਧਿਕਾਰੀ ਨੇ ਡਰਾਈਵਿੰਗ ਦੌਰਾਨ ਅਸ਼ਲੀਲ ਫਿਲਮ ਵੇਖਦੇ ਹੋਏ ਦੇਖਿਆ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਚ অন্ਟਾਰੀਓ ਸੂਬਾਈ ਪੁਲਿਸ ਵੱਲੋਂ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ। ਇਸ ਤਸਵੀਰ 'ਚ ਇੱਕ ਫੋਨ ਡਰਾਈਵਰ ਆਪਣੇ ਪਾਸੇ ਸਟੀering ਪੈਨਲ ਦੇ ਸਾਹਮਣੇ ਰੱਖਿਆ ਦਿਖਾਈ ਦੇ ਰਿਹਾ ਹੈ। ਤਸਵੀਰ 'ਚ ਫੋਨ ਵੱਲ ਇਸ਼ਾਰਾ ਕਰਦਾ ਹੋਇਆ ਇੱਕ ਤੀਰ ਵੀ ਨਜ਼ਰ ਆ ਰਿਹਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਡਰਾਈਵਰ ਆਪਣੇ ਫੋਨ 'ਤੇ ਅਸ਼ਲੀਲ ਫਿਲਮ ਦੇਖ ਰਿਹਾ ਸੀ। ਇਸ ਤਰ੍ਹਾਂ ਕਰਨਾ ਜਾਨਲੇਵਾ ਹੋ ਸਕਦਾ ਹੈ। অন্ਟਾਰੀਓ ਸੂਬਾਈ ਪੁਲਿਸ ਨੇ ਅੱਗੇ ਲਿਖਿਆ, ਡਰਾਈਵਿੰਗ ਲਈ ਤੁਹਾਡਾ ਪੂਰਾ ਧਿਆਨ ਹੋਣਾ ਚਾਹੀਦਾ ਹੈ। ਫੋਨ ਨੂੰ ਛੱਡ ਦਿਓ ਜਦੋਂ ਤੱਕ ਤੁਸੀਂ ਘਰ ਨਹੀਂ ਪਹੁੰਚਦੇ ਉਦੋਂ ਤੱਕ ਉਡੀਕ ਕਰੋ। ਅਮਰੀਕਾ ਦੇ ਸੂਬੇ ਨਿਬਰਾਸਕਾ 'ਚ 6 ਦਸੰਬਰ ਨੂੰ ਮਹਾਤਮਾ ਗਾਂਧੀ ਯਾਦਗਾਰੀ ਦਿਵਸ ਐਲਾਨਿਆ ਗਿਆ ਏ ਤੇ ਇਥੋਂ ਦੇ ਲਿੰਕਨ ਸ਼ਹਿਰ 'ਚ ਸਥਿਤ ਸਰਕਾਰੀ ਦਫਤਰ ਸਟੇਟ ਕੈਪੀਟਲ ਕੰਪਲੈਕਸ 'ਚ ਉਹਨਾਂ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਨਿਬਰਾਸਕਾ ਦੇ ਗਵਰਨਰ ਜिम ਪੀਲੇਨ ਨੇ ਸ਼ੁੱਕਰਵਾਰ ਨੂੰ ਸਟੇਟ ਕੈਪੀਟਲ ਕੰਪਲੈਕਸ 'ਚ ਸਥਿਤ ਆਪਣੇ ਦਫਤਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਵੀ ਕੀਤਾ ਤੇ ਨਾਲ ਹੀ ਸੈਟਲ 'ਚ ਭਾਰਤੀ ਕੌਂਸਲਟ ਦੇ ਅਧਿਕਾਰ ਖੇਤਰ 'ਚੋਂ ਦੇ 9 ਰਾਜਾਂ 'ਚੋਂ ਕਿਸੇ ਇੱਕ ਰਾਜ ਦੇ ਸਟੇਟ ਕੈਪੀਟਲ ਕੰਪਲੈਕਸ 'ਚ ਸਥਾਪਤ ਗਾਂਧੀ ਦੀ ਇਹ ਪਹਿਲੀ ਮੂਰਤੀ ਹੈ ਕੌਂਸੂਲੇਟ ਦੁਆਰਾ ਜਾਰੀ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਰਾਜਪਾਲ ਪਿੱਲੇ ਨੇ ਅਧਿਕਾਰਤ ਤੌਰ ਤੇ 6 ਦਸੰਬਰ ਨੂੰ ਨਿਬਰਾਸਕਾ ਚ ਮਹਾਤਮਾ ਗਾਂਧੀ ਯਾਦਗਾਰੀ ਦਿਵਸ ਵਜੋਂ ਮਨਾਏ ਜਾਣ ਦੀ ਘੋਸ਼ਣਾ ਕੀਤੀ ਹੈ ਘੋਸ਼ਣਾ ਚ ਕਿਹਾ ਗਿਆ ਹੈ ਕਿ ਸ਼ਾਂਤੀ ਅਹਿੰਸਾ ਅਤੇ ਨਿਆਂ ਦੇ ਇੱਕ ਵਿਸ਼ਵ ਵਿਆਪੀ ਪ੍ਰਤੀਕ ਗਾਂਧੀ ਨੇ ਸੱਚਾਈ ਅਤੇ ਮਨੁੱਖੀ ਮਾਣ ਪ੍ਰਤੀ ਆਪਣੀ ਅਟਲ ਵਚਨਬੱਧਤਾ ਨਾਲ ਦੁਨੀਆ ਭਰ ਚ ਬਹੁਤ ਸਾਰੇ ਲੋਕਾਂ ਅਤੇ ਅੰਦੋਲਨਾਂ ਨੂੰ ਪ੍ਰੇਰਿਤ ਕੀਤਾ ਕੋਸ਼ਣਾ ਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਇਹ ਮੂਰਤੀ ਨਾ ਸਿਰਫ ਮਾਨਵਤਾ ਲਈ ਗਾਂਧੀ ਦੇ ਯੋਗਦਾਨ ਪ੍ਰਤੀ ਸਨਮਾਨ ਨੂੰ ਦਰਸਾਉਂਦੀ ਹੈ ਸਗੋਂ ਨਿਬਰਾਸਕਾ ਦੇ ਵਿਭਿੰਨ ਭਾਈਚਾਰਿਆਂ ਚ ਸਭਿਆਚਾਰਕ ਸਮਝ ਅਤੇ ਏਕਤਾ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੀ ਹੈ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਜਾਰਜੀਆ ਦੇ ਸਾਬਕਾ ਸੈਨੇਟਰ ਡੇਵਿਡ ਪਰਡਿਊ ਨੂੰ ਚੀਨ ਚ ਅਗਲੇ ਰਾਜਪੂਤ ਵਜੋਂ ਨਾਮਜ਼ਦ ਕੀਤਾ ਹੈ ਵਪਾਰਕ ਖੇਤਰ ਤੋਂ ਰਾਜਨੀਤੀ ਚ ਆਏ ਪਰਡਿਊ ਨੂੰ ਅਮਰੀਕਾ ਦੇ ਸਭ ਤੋਂ ਸ਼ਕਤੀਸ਼ਾਲੀ ਆਰਥਿਕ ਤੇ ਫੌਜੀ ਵਿਰੋਧੀ ਚੀਨ 'ਚ 트ੰਪ ਪ੍ਰਸ਼ਾਸਨ ਦਾ ਰਾਜਦੂਤ ਬਣਾਇਆ ਜਾਵੇਗਾ। 트ੰਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਪ੍ਰੋਡਿਊ ਚੀਨ ਨਾਲ ਸਾਡੇ ਸਬੰਧਾਂ ਨੂੰ ਬਿਹਤਰ ਬਣਾਉਣ 'ਚ ਮਦਦ ਕਰਨ ਲਈ ਕੀਮਤੀ ਮੁਹਾਰਤ ਰੱਖਦੇ ਨੇ। ਪ੍ਰੋਡਿਊ 4 ਸਾਲ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦੇ ਜੋਨ ਓਸੋਫ ਤੋਂ ਆਪਣੀ ਸੈਨੇਟ ਸੀਟ ਹਾਰ ਗਏ ਸਨ ਤੇ ਜਾਰਜੀਆ ਦੇ ਗਵਰਨਰ ਬ੍ਰਾਈਨ ਕੈਂਪ ਦੇ ਖਿਲਾਫ 2022 ਪ੍ਰਾਇਮਰੀ 'ਚ ਅਸਫਲ ਰਹਿ ਸਨ। ਜਾਰਜੀਆ ਦੇ ਗਵਰਨਰ ਦੇ ਮੁਕਾਬਲੇ ਦੌਰਾਨ ਪ੍ਰਡਿਊ ਨੇ ਚੋਣ ਤੋਂ ਖਾਤੜੀ ਬਾਰੇ 트ੰਪ ਦੇ ਝੂਠ ਨੂੰ ਉਜਾਗਰ ਕੀਤਾ ਸੀ ਹਾਲਾਂਕਿ ਪ੍ਰਡਿਊ ਗਵਰਨਰ ਦੀ ਚੋਣ 'ਚ ਸਫਲ ਨਹੀਂ ਹੋਏ ਸਨ ਸੈਨੇਟ 'ਚ ਆਪਣੇ ਕਾਰਜਕਾਲ ਦੌਰਾਨ 2019 'ਚ ਚੀਨੀ ਥਿੰਕ ਦੀ ਰਿਪੋਰਟ 'ਚ ਪ੍ਰਡਿਊ ਨੂੰ ਚੀਨ ਵਿਰੋਧੀ ਕਰਾਰ ਦਿੱਤਾ ਗਿਆ ਸੀ ਜਾਰਜੀਆ ਦੇ ਸਾਬਕਾ ਸੰਸਦ ਮੈਂਬਰ ਪ੍ਰਡਿਊ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਚੀਨ ਸਮੇਤ ਹੋਰ ਖਤਰਿਆਂ ਨਾਲ ਨਜਿੱਠਣ ਲਈ ਹੋਰ ਮਜ਼ਬੂਤ ਜਲ ਸੈਨਾ ਬਣਾਉਣ ਦੀ ਲੋੜ ਹੈ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪ੍ਰਡਿਊ ਨੇ ਸਾਰਾ ਲੀ ਰੀਬੋਕ ਅਤੇ ਡਾਲਰ ਜਨਰਲ ਸਮੇਤ ਕਈ ਕੰਪਨੀਆਂ 'ਚ ਉੱਚ ਅਹੁਦਿਆਂ ਤੇ ਕੰਮ ਕੀਤਾ। ਅਮਰੀਕਾ ਅਤੇ ਚੀਨ ਵਿਚਾਲੇ ਵੱਖ-ਵੱਖ ਖੇਤਰਾਂ 'ਚ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਏ। ਅਜਿਹੇ 'ਚ ਪ੍ਰੋਡਿਊ ਨੂੰ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਆਮ ਬਣਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਰੂਸ ਦੇ ਚੋਟੀ ਦੇ ਡਿਪਲੋਮੈਟ ਨੇ ਫਾਕਸ ਨਿਊਜ਼ ਦੇ ਸਾਬਕਾ ਮੇਜ਼ਬਾਨ ਟੱਕਰ ਕਾਲਸਨ ਨਾਲ ਇੱਕ ਇੰਟਰਵਿਊ 'ਚ ਕਿਹਾ ਕਿ ਰੂਸ ਅਮਰੀਕਾ ਨਾਲ ਜੰਗ ਨਹੀਂ ਚਾਹੁੰਦਾ ਪਰ ਆਪਣੇ ਹਿੱਤਾਂ ਦੀ ਰੱਖਿਆ ਲਈ ਸਾਰੇ ਸਾਧਨਾਂ ਦੀ ਵਰਤੋਂ ਕਰੇਗਾ। ਇਹ ਇੰਟਰਵਿਊ ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਇਆ ਸਰਗਈ ਲਵਰੋਵ ਨੇ ਤਰਕ ਦਿੱਤਾ ਕਿ ਰੂਸ ਅਤੇ ਅਮਰੀਕਾ ਵਿਚਕਾਰ ਅਧਿਕਾਰਤ ਤੌਰ ਤੇ ਯੁੱਧ ਨਹੀਂ ਚੱਲ ਰਿਹਾ ਹੈ ਪਰ ਅਮਰੀਕਾ ਵੱਲੋਂ ਯੂਕਰੇਨ ਨੂੰ ਰੂਸੀ ਖੇਤਰ ਤੇ ਹਮਲੇ ਲਈ ਲੰਬੀ ਦੂਰੀ ਦੀਆਂ ਅਮਰੀਕੀ ਮਜ਼ਾਈਲਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਨਾਲ ਵਿਵਾਦ ਬਹੁਤ ਵੱਧ ਸਕਦਾ ਹੈ ਉਹਨਾਂ ਕਹਿੰਦੇ ਆ ਇਹ ਸਪਸ਼ਟ ਹੈ ਕਿ ਯੂਕਰੇਨੀ ਫੌਜੀ ਅਮਰੀਕੀ ਸੈਨਿਕਾਂ ਦੀ ਸਿੱਧੀ ਭਾਗੀਦਾਰੀ ਤੋਂ ਬਿਨਾਂ ਆਧੁਨਿਕ ਲੰਬੀ ਦੂਰੀ ਦੇ ਹਥਿਆਰਾਂ ਨਾਲ ਉਹ ਸਭ ਨਹੀਂ ਕਰ ਪਾਉਣਗੇ ਜੋ ਉਹ ਕਰ ਰਹੇ ਨੇ ਇਕ ਖਤਰਨਾਕ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਉਹਨਾਂ ਕਿਹਾ ਕਿ ਪੱਛਮੀ ਦੇਸ਼ਾਂ ਦੀ ਇਹ ਧਾਰਨਾ ਕਿ ਰੂਸ ਦੀਆਂ ਸਰਹੱਦੀ ਲਾਈਨਾਂ ਨੂੰ ਵਾਰ-ਵਾਰ ਬਦਲਿਆ ਜਾ ਸਕਦਾ ਹੈ ਇੱਕ ਬਹੁਤ ਗੰਭੀਰ ਗਲਤੀ ਹੈ ਦੁਨੀਆ 'ਚ ਸਭ ਤੋਂ ਲੰਬੇ ਸਮੇਂ ਤੱਕ ਵਿਦੇਸ਼ ਮੰਤਰੀ ਰਹਿਣ ਵਾਲੇ ਲਾਵਰੋਵ ਨੇ ਕਿਹਾ ਕਿ ਹਾਲ ਹੀ 'ਚ ਰੂਸ ਵੱਲੋਂ ਯੂਕਰੇਨ 'ਤੇ ਓਰਿਸ਼ਨਿਕ ਨਾਮ ਇੱਕ ਨਵੀਂ ਹਾਈਪਰਸੋਨਿਕ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਨਾਲ ਕੀਤਾ ਗਿਆ ਹਮਲਾ ਪੱਛਮੀ ਦੇਸ਼ਾਂ ਲਈ ਸੰਕੇਤ ਹੈ ਕਿ ਰੂਸ ਯੂਕਰੇਨ 'ਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੇ ਸਾਧਨਾਂ ਦੀ ਵਰਤੋਂ ਕਰਨ ਲਈ ਤਿਆਰ ਹੈ ਲਾਵਰੋ 20 ਸਾਲ ਤੋਂ ਇਸ ਅਹੁਦੇ ਤੇ ਨੇ ਉਹਨਾਂ ਕਿਹਾ ਅਸਲ ਦੇ ਵਿੱਚ ਇਸ ਹਾਈਪਰਸੋਨਿਕ ਪ੍ਰਣਾਲੀ ਦਾ ਪ੍ਰੀਖਣ ਕਰਕੇ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਜਾਇਜ਼ ਹਿੱਤਾਂ ਦੀ ਰੱਖਿਆ ਲਈ ਕੁਝ ਵੀ ਕਰਨ ਲਈ ਤਿਆਰ ਹਾਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੀਡੀਓ ਸਟ੍ਰੀਮਿੰਗ ਸੇਵਾ ਫੌਕਸ ਨੇਸ਼ਨ ਵੱਲੋਂ ਆਯੋਜਿਤ ਇੱਕ ਸਮਾਗਮ 'ਚ ਪੈਟਰੀਅਟ ਆਫ ਦਾ ਇਅਰ ਅਵਾਰਡ ਦਿੱਤਾ ਗਿਆ ਚੋਣ ਜਿੱਤਣ ਦੇ ਬਾਅਦ 트럼ਪ ਜ਼ਿਆਦਾ ਸਮਾਂ ਫਲੋਰੀਡਾ ਸਥਿਤ ਆਪਣੇ ਰਿਜ਼ੋਰਟ ਮਾਰੀਆ ਲਾਗੋ ਚ ਹੀ ਰਹੇ ਨੇ ਅਤੇ ਆਪਣੇ ਆਉਣ ਵਾਲੇ ਪ੍ਰਸ਼ਾਸਨ ਦੇ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰਦੇ ਰਹੇ ਨੇ ਪਰ ਇਸ ਸਮਾਗਮ ਚ ਸ਼ਾਮਲ ਹੋਣ ਲਈ ਉਹ ਵੀਰਵਾਰ ਨੂੰ ਨਿਊਯਾਰਕ ਦੇ ਲੌਂਗ ਆਇਲੈਂਡ ਗਏ ਇਸ ਸਾਲਾਨਾ ਅਵਾਰਡ ਸਮਾਰੋਹ ਚ ਆਇਲੈਂਡ ਚ ਆਯੋਜਿਤ ਸਮਾਗਮ ਚ ਉਹ ਸ਼ਾਮਲ ਹੋਏ ਟਿਲ ਸੈਂਟਰ ਫਾਰ ਪਰਫਾਰਮਿੰਗ ਆਰਟਸ ਚ ਭੀੜ ਨੂੰ ਸੰਬੋਧਿਤ ਕਰਦੇ ਹੋਏ 트럼ਪ ਨੇ ਕਿਹਾ ਫੌਕਸ 'ਚ ਕੰਮ ਕਰਨ ਵਾਲੇ ਲੋਕ ਸ਼ਾਨਦਾਰ ਨੇ ਅੱਜ ਦਾ ਦਿਨ ਸ਼ਾਨਦਾਰ ਰਿਹਾ ਪ੍ਰੋਗਰਾਮ ਦੀ ਮੇਜ਼ਬਾਨੀ ਫੌਕਸ ਦੇ ਪੇਸ਼ਕਾਰ ਸੀਨ ਹੈਨਿਟੀ ਨੇ ਕੀਤੀ ਜੋ ਟਰੰਪ ਦੇ ਦੋਸਤ ਵੀ ਨੇ ਰਾਸ਼ਟਰਪਤੀ ਚੁਣੇਗਾ ਟਰੰਪ ਨੇ ਸ਼ੋਅ ਦੇ ਮੂਲ ਮੇਜ਼ਬਾਨ ਪੀਟ ਹੈਕਸ ਹੈਥ ਨੂੰ ਅਗਲੇ ਅਮਰੀਕੀ ਰੱਖਿਆ ਮੰਤਰੀ ਵਜੋਂ ਨਾਮਜ਼ਦ ਕੀਤਾ ਹੈ ਹੈਨਿਟੀ ਨੂੰ ਹੋਸਟ ਵਜੋਂ ਹੈਕਸ ਹੈਥ ਦੀ ਥਾਂ ਲੈਣ ਲਈ ਪ੍ਰੇਰਿਤ ਕੀਤਾ ਗਿਆ ਇਸ ਹਫਤੇ ਦੇ ਸ਼ੁਰੂ 'ਚ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਸੀ ਕਿ ਉਹ ਪੈਟਰੀਅਟ ਆਫ ਦਾ ਇਅਰ ਪੁਰਸਕਾਰ ਪ੍ਰਾਪਤ ਕਰਨ ਲਈ ਬਹੁਤ ਉਤਸਕ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕੈਨੇਡਾ 'ਚ ਮਹਿੰਗਾਈ ਲੈ ਕੇ ਆ ਰਿਹਾ ਏ ਨਵਾਂ ਵਰਾ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਹੋ ਸਕਦਾ ਹੈ ਵਾਧਾ ਕੈਨੇਡਾ 'ਚ ਨਵੰਬਰ ਦੌਰਾਨ ਬੇਰੋਜ਼ਗਾਰੀ ਦਰ 6.8 ਫੀਸਦੀ ਤੇ ਪਹੁੰਚੀ ਕਰੋਨਾ ਦੇ ਦੌਰ ਨੂੰ ਛੱਡ ਕੇ 2017 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਆਰਕਟਿਕ ਚ ਰਾਜਦੂਤ ਨਿਯੁਕਤ ਕਰੇਗਾ ਕੈਨੇਡਾ ਆਰਕਟਿਕ 'ਚ ਦੋ ਨਵੇਂ ਕੌਂਸੂਲੇਟ ਵੀ ਖੋਲੇ ਜਾਣਗੇ ਨਿਊਜ਼ੀਲੈਂਡ ਦੇ ਪਹਾੜ ਤੇ ਲਾਪਤਾ ਪਰਬਤਾਰohi ਮ੍ਰਿਤਕ ਮੰਨੇ ਗਏ ਇੱਕ ਕੈਨੇਡੀਅਨ ਤੇ ਦੋ ਅਮਰੀਕੀ ਪਰਬਤਾਰohi ਦੀ ਨਹੀਂ ਮਿਲੀ লাশ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ